ਰਾਜੇਵਾਲ ਹੈ ਜੀ। ਮੈਂ ਬੇਨਤੀ ਕਰਾਂ, ਅੱਜ ਸਾਡੀ ਮੀਟਿੰਗ ਸੀ, ਕੱਲ੍ਹ ਨੂੰ ਸਰਕਾਰ ਨੇ ਮੀਟਿੰਗ ਸੱਦੀ ਹੈ, ਉਹਦੇ ਸੰਬੰਧ 'ਚ ਅਸੀਂ ਆਪਣੀ ਤਿਆਰੀ ਵਾਸਤੇ ਮੀਟਿੰਗ ਸੱਦੀ ਸੀ। ਪੂਰੀ ਚਰਚਾ ਤੋਂ ਬਾਅਦ ਅਸੀਂ ਜੋ ਆਪਣਾ ਕੇਸ ਆ ਉਹ ਤਿਆਰ ਕੀਤਾ ਹੈ, ਅਤੇ ਉਹਦੇ ਬਾਅਦ ਉਹ ਸਰਕਾਰ ਵਾਲੇ ਆ ਕੇ ਬੇਨਤੀ ਕਰਕੇ ਗਏ। ਅਸੀਂ ਉਹਨਾਂ ਨੂੰ ਵੀ ਕਹਿ ਦਿੱਤਾ ਵੀ ਸਾਡੀ 15 ਦੀ ਮੀਟਿੰਗ ਆ, ਉਹਦੇ ਵਿੱਚ ਅਸੀਂ ਸੋਚਾਂਗੇ। ਤੋ ਫਿਲਹਾਲ ਇਹੀ ਹੈ ਵੀ ਅਸੀਂ ਇੱਕ ਸਾਰੇ ਸਾਡੇ ਜਿਹੜੇ ਨੁਮਾਇੰਦੇ ਨੇ ਜਾਣਗੇ ਮੀਟਿੰਗ 'ਚ, ਪਰ ਇੱਕ ਗੱਲਬਾਤ ਕਰਨ ਵਾਸਤੇ ਇੱਕ 7 ਮੈਂਬਰੀ ਕਮੇਟੀ ਬਣਾਈ ਹੈ, ਉਹ ਆਪਣਾ ਕੇਸ ਪ੍ਰੋਜੈਕਟ ਕਰਨਗੇ। ਉਹਦੇ ਵਿੱਚ ਮੈਂ ਹਾਂ, ਡਾਕਟਰ ਦਰਸ਼ਨਪਾਲ ਨੇ, ਜਗਜੀਤ ਸਿੰਘ ਡੱਲੇਵਾਲ ਨੇ, ਸਰ ਜਗਮੋਹਨ ਸਿੰਘ ਨੇ, ਸਰ ਕੁਲਵੰਤ ਸਿੰਘ ਨੇ, ਸਰ ਸੁਰਜੀਤ ਸਿੰਘ ਫੂਲ ਨੇ, ਸਰ ਸਤਨਾਮ ਸਿੰਘ ਸਾਹਨੀ ਨੇ। ਇਹ 7 ਮੈਂਬਰੀ ਕਮੇਟੀ ਹੈ ਜਿਹੜੀ ਉੱਥੇ ਗੱਲਬਾਤ ਕਰੂਗੀ, ਜਾਣਗੇ ਜਾਵਾਂਗੇ ਅਸੀਂ ਸਾਰੇ ਦੇ ਸਾਰੇ। ਤੋ ਇਸ ਲਈ ਬੇਨਤੀ ਹੈ ਵੀ ਉਸ ਸੰਬੰਧ 'ਚ ਹੁਣ ਹੋਰ ਕੋਈ ਸਵਾਲ ਪੁੱਛਣਾ ਹੁਣ ਤੁਸੀਂ ਪੁੱਛ ਲਓ, ਤੁਹਾਡਾ ਕੰਮ ਹੈ। ਪੰਜਾਬ ਸਰਕਾਰ ਨੇ ਕਿਹਾ ਵੀ ਰੇਲਾਂ ਨਾ ਰੋਕੋ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ 15 ਤਰੀਕ ਨੂੰ ਮੀਟਿੰਗ ਆ, ਉਹਦੇ ਪਹਿਲਾਂ ਅਸੀਂ ਕੁਛ ਨਹੀਂ ਕਹਿ ਸਕਦੇ। ਨਾਲ ਅਸੀਂ ਇੱਕ ਸਵਾਲ ਉਹਨਾਂ 'ਤੇ ਕੀਤਾ ਵੀ ਤੁਹਾਡਾ ਸਾਡੇ ਨਾਲ ਵਾਅਦਾ ਸੀ 29 ਤਰੀਕ ਦੀ ਮੀਟਿੰਗ 'ਚ ਚੀਫ ਮਿਨਿਸਟਰ ਦਾ, ਵੀ ਮੈਂ ਅਸੈਂਬਲੀ ਸੈਸ਼ਨ ਬੁਲਾਊਂ, ਉਹਦੇ ਵਿੱਚ ਫਿਰ ਅਸੀਂ ਕੋਈ ਨਵਾਂ ਕਾਨੂੰਨ ਲਿਆਵਾਂਗੇ। ਤੁਹਾਡੀ ਕੱਲ੍ਹ ਨੂੰ ਕੈਬਨਿਟ ਮੀਟਿੰਗ ਆ, ਉਹ ਲੈ ਆਓਗੇ, ਅਸੀਂ ਤੁਹਾਡਾ ਧੰਨਵਾਦ ਕਰਾਂਗੇ। ਜੇ ਨਹੀਂ ਤਾਂ ਫਿਰ ਜੋ ਅਸੀਂ BJP ਬਾਰੇ ਫੈਸਲਾ ਕੀਤਾ, ਇਹ ਵੀ ਅਸੀਂ ਫੈਸਲਾ ਕੀਤਾ ਹੋਇਆ ਵੀ ਜੇ 15 ਤਰੀਕ ਤੱਕ ਤੁਸੀਂ ਨਹੀਂ ਕਰਦੇ ਤਾਂ ਜਿਵੇਂ ਅਸੀਂ BJP ਦਾ ਅਤੇ ਰੇਲਵੇ ਸਟੇਸ਼ਨ ਬੰਦ, ਉਹਨਾਂ ਦੇ ਲੀਡਰਾਂ ਦਾ ਅਸੀਂ ਜੋ ਵਿਹਾਰ ਉਹਨਾਂ ਨਾਲ ਕਰਦੇ ਹਾਂ, ਉਹ ਅਸੀਂ ਕਾਂਗਰਸ ਵਾਲਿਆਂ ਦਾ ਵੀ ਫਿਰ ਕਰਾਂਗੇ। ਇਹ ਉਹਨਾਂ ਨੂੰ ਅੱਜ ਕਹਿ ਦਿੱਤਾ ਸੀ। ਸਰ ਜਿਹੜੀ ਕੱਲ੍ਹ ਵੀ ਤੁਸੀਂ ਅੱਜ ਪੰਜਾਬ ਸਰਕਾਰ ਦੇ ਨੁਮਾਇੰਦੇ ਤੁਹਾਡੇ ਕੋਲ ਆਏ ਸੀ, ਤੁਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ, ਇੱਕ ਮੰਗ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ, ਉਸ ਤੋਂ ਇਲਾਵਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜੇ ਕਾਨੂੰਨ ਲਿਆਉਂਦੇ ਜਾਣ, ਕੀ ਉਹਨਾਂ ਨੂੰ ਲੈ ਕੇ ਕੋਈ ਚਰਚਾ ਹੋਈ ਹੈ? ਨਹੀਂ, ਉਹ ਪਹਿਲਾਂ ਹੀ ਹੋਈ ਹੋਈ ਹੈ, 29 ਤਰੀਕ ਦੀ ਮੀਟਿੰਗ 'ਚ ਮੁੱਖ ਮੰਤਰੀ ਨਾਲ ਚਰਚਾ ਹੋਈ ਸੀ। ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਇਹ ਜਿਹੜੇ 3 ਹੁਣ ਆਰਡੀਨੈਂਸ ਐਕਟ ਬਣ ਗਏ ਵੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਹੈ ਇੰਪਲੀਮੈਂਟੇਸ਼ਨ ਰੋਕਣ ਵਾਸਤੇ, ਇਹਨੂੰ ਨਲੀਫਾਈ ਕਰਨ ਵਾਸਤੇ ਪੰਜਾਬ ਸਰਕਾਰ ਆਪਣਾ ਐਕਟ ਬਣਾਵੇ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ, ਟ੍ਰੇਡ ਵਿਦ ਇਨ ਸਟੇਟ ਇਹ ਵੀ ਸਟੇਟ ਸਬਜੈਕਟ ਹੈ, ਇੱਥੇ ਕੇਂਦਰ ਦਖਲ ਨਹੀਂ ਦੇ ਸਕਦਾ। ਨਹੀਂ, ਕੋਈ ਐਸੀ ਕੋਈ ਤਰੇੜ ਨਹੀਂ ਹੈ, ਮੇਰੇ ਮੂੰਹ 'ਚ ਨਾ ਪਾਓ ਇਹ ਗੱਲ। ਜਿਹੜਾ ਸਵਾਲ ਇਹ ਉਹਨਾਂ ਦੇ ਸੰਬੰਧ ਜਿਹੜਾ ਕਹਿੰਦਾ ਉਹਦੇ ਨਾਲ ਕਰ ਲਓ, ਸਾਨੂੰ ਸਾਰੇ ਉਸੇ ਤਰ੍ਹਾਂ ਅਸੀਂ ਇਕੱਠੇ ਹਾਂ। ਨਹੀਂ, ਲੱਖੋਵਾਲ ਨੂੰ ਕਿਹਾ ਸੀਗਾ ਵੀ ਉਹ ਅਗਲੇ ਫੈਸਲੇ ਤੱਕ ਬਾਹਰ ਰਹੂਗਾ, ਉਹ ਅੱਜ ਵੀ ਆਏ ਸੀ, ਉਹਨਾਂ ਨੂੰ ਕਿਹਾ ਵੀ ਦਿੱਲੀਓਂ ਆ ਕੇ ਉਹਤੇ ਬਾਅਦ ਉਹਦੇ 'ਤੇ ਵਿਚਾਰ ਕਰਾਂਗੇ, ਫਿਲਹਾਲ ਉਹਦੇ 'ਤੇ ਕੋਈ ਫੈਸਲਾ ਨਹੀਂ ਹੋਇਆ। ਇਸ ਵਾਰੀ ਮੀਟਿੰਗ ਦਾ ਏਜੰਡਾ ਬਦਲ ਦਿੱਤਾ ਉਹਨਾਂ ਨੇ, ਪਿਛਲੀ ਵਾਰੀ ਜਿਹੜੀ ਮੀਟਿੰਗ ਸੱਦੀ ਸੀ, ਜਿਹੜਾ ਸੈਕਟਰੀ ਐਗਰੀਕਲਚਰ ਸੀ ਉਹ ਕਹਿੰਦਾ ਮੇਰੀ ਪਰਸਨਲ ਮੀਟਿੰਗ ਹੈ, ਔਰ ਮੈਂ ਅਤੇ ਮੇਰੀ ਟੀਮ ਅਫਸਰਾਂ ਦੀ ਤੁਹਾਨੂੰ ਸਮਝਾਊ ਇਹਦੇ ਫਾਇਦੇ ਕੀ ਹੈ, ਇਸ ਕਰਕੇ ਅਸੀਂ ਉਹ ਰਿਜੈਕਟ ਕਰ ਦਿੱਤੀ ਸੀ। ਹੁਣ ਮੀਟਿੰਗ ਫਿਰ ਵੀ ਸੈਕਟਰੀ ਐਗਰੀਕਲਚਰ ਨੇ ਬੁਲਾਈ ਹੈ, ਉਹਨੇ ਇਸ ਵਾਰੀ ਕਿਹਾ ਵੀ ਪੰਜਾਬ 'ਚ ਕਿਸਾਨ ਅੰਦੋਲਨ ਚੱਲਦਾ, ਇਹਦੇ 'ਤੇ ਸਰਕਾਰ ਚਿੰਤਤ ਆ, ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ, ਇਸ ਲਈ ਆਓ ਤੁਸੀਂ ਬੈਠ ਕੇ ਗੱਲ ਕਰੀਏ। ਅਸੀਂ ਇਸ ਲਈ ਜਾ ਰਹੇ ਹਾਂ ਭਈ ਜੇ ਅਸੀਂ ਵਾਰ ਵਾਰ ਰਿਜੈਕਟ ਕਰਦੇ ਰਹੇ, ਉਹਨਾਂ ਨੇ ਕਹਿਣਾ ਜੀ ਇਹ ਗੱਲਬਾਤ ਕਰਨ ਲਈ ਤਿਆਰ ਨਹੀਂ, ਅਸੀਂ ਉਹਨਾਂ ਨੂੰ ਬਹਾਨਾ ਨਹੀਂ ਦੇਣਾ ਚਾਹੁੰਦੇ, ਕੱਲ੍ਹ ਜਾਵਾਂਗੇ ਉੱਥੇ ਦੇਖਾਂਗੇ ਕੀ ਮਾਹੌਲ ਹੈ, ਕੀ ਬਿਹੇਵੀਅਰ ਹੈ, ਉਹਦੇ ਮੁਤਾਬਕ ਫੈਸਲਾ ਲਵਾਂਗੇ। ਅੰਦੋਲਨ 'ਚ ਬਹੁਤ ਸਾਰੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ। ਅੱਜ ਵੀ ਉਹੀ ਡਿਮਾਂਡ ਹੈ, ਅਸੀਂ ਸਿਰਫ ਇਸ ਲਈ ਚੱਲੇ ਹਾਂ ਜੇ ਵਾਰ ਵਾਰ ਰਿਜੈਕਟ ਕਰੀ ਜਾਵਾਂਗੇ, ਅਸੀਂ ਉਹਨਾਂ ਨੂੰ ਐਕਸਕਿਊਜ਼ ਨਹੀਂ ਦੇਣਾ ਚਾਹੁੰਦੇ ਵੀ ਉਹ ਕਹਿਣ ਭਾਈ ਜੀ ਇਹ ਤਾਂ ਗੱਲਬਾਤ 'ਤੇ ਭੱਜਦੇ ਨੇ, ਹਰ ਵਾਰੀ ਬਹਾਨੇ ਲਾਉਂਦੇ ਨੇ, ਅਸੀਂ ਇਸ ਕਰਕੇ ਚੱਲੇ ਹਾਂ ਔਰ ਉੱਥੇ ਜਾ ਕੇ ਫਿਰ ਇਹੀ ਗੱਲ ਕਰਾਂਗੇ
ਤੇ ਮਾਹੌਲ ਦੇਖਾਂਗੇ ਉਹ ਤੇ ਬਾਅਦ ਫਿਰ ਫੈਸਲਾ ਲਵਾਂਗੇ। ਯੂਰੀਆ ਡਾਈ ਦਾ ਜਿਹੜੀ ਵਾਪਸ ਦਿੱਕਤ ਆ ਰਹੀ ਉਹਦਾ ਬਾਰੇ ਕੋਈ ਦਿੱਕਤ ਨਹੀਂ, ਇਹ ਸਰਕਾਰ ਝੂਠ ਬੋਲਦੀ ਹੈ। ਅਸਲੀਅਤ ਇਹ ਆ ਵੀ ਇਹ ਸਾਰਾ ਸਾਲ ਇਹ ਜਿਹੜਾ ਪ੍ਰੋਸੈਸ ਹੈ ਰੇਕ ਲੱਗਦੇ ਰਹਿੰਦੇ ਨੇ, ਜਿਹੜਾ ਪਹਿਲਾਂ ਗੋਦਾਮਾਂ 'ਚ ਇੰਨਾ ਪਿਆ ਉਹਨੂੰ ਰਿਲੀਜ਼ ਕਿਉਂ ਨਹੀਂ ਕਰਦੇ? ਇਹ ਸਿਰਫ ਕਿਸਾਨ ਅੰਦੋਲਨ ਨੂੰ ਸੱਟ ਮਾਰਨ ਵਾਸਤੇ ਕਹਿ ਰਹੇ ਨੇ ਨਾ। ਕੋਲਾ ਵੀ ਇਹ 10 ਦਿਨਾਂ ਦੇ ਵਿੱਚ ਤਾਂ ਨਹੀਂ ਖਤਮ ਹੋਇਆ, ਜਦੋਂ ਪਿੱਛੇ ਬਿਲਕੁਲ ਹੀ ਟ੍ਰੇਨਸ ਬੰਦ ਸੀ 2 ਮਹੀਨੇ, ਉਦੋਂ ਨਹੀਂ ਹੋਇਆ। ਔਰ ਫਿਰ ਇਹ ਤੋਂ ਵੀ ਅਗਲੀ ਗੱਲ ਇੱਕ ਬੜੀ ਸਪਸ਼ਟ ਜਿਹੜੀ ਆਮ ਬੰਦੇ ਨੂੰ ਨਹੀਂ ਪਤਾ, ਵੀ ਆਰ ਔਨ ਦਾ ਨੈਸ਼ਨਲ ਗ੍ਰਿਡ ਤੇ ਜਿਹੜੇ ਸੂਬੇ ਹੈਗੇ, ਜੇ ਤੁਹਾਡੇ ਸਾਰੇ ਜਿਹੜੇ ਸ਼ਟਡਾਊਨ ਹੋ ਜੇ, ਸਾਰੇ ਤੁਹਾਡੇ ਪਲਾਂਟ ਬੈਠ ਜਾਣ, ਤਾਂ ਵੀ ਬਿਜਲੀ ਸਪਲਾਈ ਨਹੀਂ ਰੁਕ ਸਕਦੀ। ਨੈਸ਼ਨਲ ਗ੍ਰਿਡ ਚੋਂ ਬਿਜਲੀ ਜਿਹੜੀ ਆ ਉਹ ਤੁਹਾਨੂੰ ਆਏਗੀ, ਬਿਜਲੀ ਨਹੀਂ ਬੰਦ ਹੋ ਸਕਦੀ। ਸਰਕਾਰ ਦੀ ਬੇਈਮਾਨੀ ਹੋਵੇ ਅਲੱਗ ਗੱਲ ਹੈ। ਜਿੰਨਾ ਉਹ ਘਬਰਾ ਕੇ ਬਿਆਨ ਦੇ ਰਹੇ ਨੇ, ਅਸੀਂ ਸਮਝਦੇ ਹਾਂ ਵੀ ਉਹ ਘਬਰਾਏ ਹੋਏ ਨੇ ਵਿਚਾਰੇ। ਇਸ ਕਰਕੇ ਓਨਾ ਹੀ ਅਸੀਂ ਆਪਣੇ ਕੇਡਰ ਨੂੰ ਹੋਰ ਚੌਕਸ ਕਰੀ ਜਾਂਦੇ ਹਾਂ ਵੀ ਇਹਨਾਂ ਤੋਂ ਚੌਕਸ ਰਹੋ, ਇਹ ਵਾਇਲੈਂਸ ਲਿਆ ਕੇ ਐਜੀਟੇਸ਼ਨ ਦਾ ਨੁਕਸਾਨ ਕਰਨਾ ਚਾਹੁੰਦੇ ਨੇ। ਅਸੀਂ ਵੀ ਆਰ ਵੈਰੀ ਕਲੀਅਰ, ਅਸੀਂ ਕਿਸੇ ਕੀਮਤ 'ਤੇ ਵਾਇਲੈਂਸ ਨਹੀਂ ਲਾਉਣ ਦੇਵਾਂਗੇ ਐਜੀਟੇਸ਼ਨ ਦੇ ਵਿੱਚ। BJP ਦਾ ਜਿੰਨਾ ਜ਼ੋਰ ਲੱਗਦਾ ਲਾ ਲਏ, ਪ੍ਰਵੋਕ ਕਰ ਲਏ, ਅਸੀਂ ਪ੍ਰਵੋਕ ਨਹੀਂ ਹੁੰਦੇ। ਤੁਸੀਂ ਯਾਦ ਕਰੋ, ਇਹਦਾ ਆਧਾਰ ਹੀ ਪੰਜਾਬ 'ਚ ਤਿਆਰ ਹੋਇਆ। 1 ਸਾਲ ਤੋਂ ਅਸੀਂ ਇਹ ਲੜਾਈ ਲੜ ਰਹੇ ਹਾਂ, ਜਦੋਂ ਹਾਲੇ ਨਹੀਂ ਸੀ ਆਰਡੀਨੈਂਸ ਆਏ, ਐਸੇ ਜਗ੍ਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾ ਕੇ ਕਿਹਾ ਸੀ ਵੀ ਇੱਧਰ ਨੂੰ ਸਰਕਾਰ ਵੱਧ ਰਹੀ ਹੈ। ਫਿਰ 24 ਫਰਵਰੀ ਨੂੰ ਅਸੀਂ ਇਸੇ ਸੰਬੰਧ 'ਚ ਰੈਲੀ ਕੀਤੀ ਸੀ। ਇਹ ਪੰਜਾਬ ਨੇ ਇਹਦਾ ਆਧਾਰ ਤਿਆਰ ਕੀਤਾ ਐਜੀਟੇਸ਼ਨ ਦਾ, ਜਿਹੜਾ ਹੁਣ ਸਾਰੇ ਦੇਸ਼ ਵੱਲ ਫੈਲਦਾ ਜਾ ਰਿਹਾ। ਉਹਦੀ ਅੱਜ ਸਰਕਾਰਾਂ ਨੂੰ ਅਸੀਂ ਉਹਨਾਂ ਦੇ ਤਾਂ ਦੇਖੋ ਜੀ ਪੈਰਾਂ ਹੇਠ ਅੱਗ ਬਾਲੀ ਹੈ, ਉਹ ਤਾਂ ਕੁਛ ਵੀ ਕਹਿਣਗੇ। ਨਹੀਂ, ਕਿਸਾਨਾਂ 'ਚੋਂ ਨਹੀਂ, ਉਹਨਾਂ ਨੇ ਆਪ ਵੀ ਕਿਹਾ ਵੀ ਕਿਸਾਨ ਨਹੀਂ ਸੀ। ਔਰ ਅਸੀਂ ਬਿਲਕੁਲ ਪੀਸਫੁਲ ਹਾਂ, ਜਿਵੇਂ ਮੈਂ ਪਹਿਲਾਂ ਕਿਹਾ, ਸਾਡਾ ਕੋਈ ਕੰਮ ਨਹੀਂ ਵਾਇਲੈਂਸ ਦੇ ਨਾਲ। ਸਾਡੇ ਬੰਦੇ ਹਾਂ ਕਾਲੇ ਝੰਡੇ ਦਿਖਾਉਣਗੇ। ਜਲੰਧਰ 'ਚ ਵੀ ਉਹ ਬੈਠੇ ਰਹੇ, 7 ਘੰਟੇ ਸਾਡੇ ਬੰਦੇ ਬੈਠੇ ਰਹੇ, ਜਦੋਂ ਉੱਥੇ ਜਲੰਧਰ ਹੋਟਲ 'ਚ ਮੀਟਿੰਗਾਂ ਕਰ ਰਹੇ ਸੀ। ਉੱਥੇ ਪੁਲਿਸ ਨੇ ਤਾਂ ਕੰਮ ਕੀ ਵੀ ਕੀਤੀ, ਪਰ ਵਾਇਲੈਂਸ ਸਾਡੇ ਵਰਕਰ ਨਹੀਂ ਹੋਏ। ਉਹਨਾਂ ਨੇ ਝੰਡੇ ਦਿਖਾਏ ਉਹਨੂੰ ਕਾਲੇ, ਔਰ ਉਹਨੂੰ ਪਿਛਲੇ ਰਸਤੇ 1 ਫੁੱਟਪਾਥ ਤੋਂ ਦੀ ਨਿਕਲਣਾ ਪਿਆ। ਅਤੇ ਇਸੇ ਤਰ੍ਹਾਂ ਅਸੀਂ ਕਿਤੇ ਵਾਇਲੈਂਟ ਨਹੀਂ ਹੁੰਦੇ, ਸਾਡਾ ਕੋਈ ਵਰਕਰ ਵਾਇਲੈਂਸ ਨਹੀਂ ਕਰਦਾ। ਕੋਈ ਹੋਰ ਫੋਰਸਿਸ ਨੇ, ਉਹ ਇਹਨਾਂ ਦੇ ਵੀ ਪਿੱਛੇ ਲੱਗੀਆਂ ਹੋਈਆਂ, ਇਹ ਆਪ ਕਰ ਸਕਦੇ ਇਹੋ ਜਿਹਾ ਕੰਮ, ਵੀ ਡੋਂਟ ਡੂ ਦੈਟ। ਲੋਕਾਂ 'ਚ ਗਲਤ ਜਾ ਰਿਹਾ ਬਿਲਕੁਲ ਨਹੀਂ, ਲੋਕ ਸਾਰੇ ਚੰਗੀ ਤਰ੍ਹਾਂ ਸਮਝਦੇ ਨੇ, ਪੰਜਾਬ ਦੇ ਲੋਕ ਇੰਨੇ ਕਮਲੇ ਨਹੀਂ। ਪਰ ਅਸੀਂ ਕੋਈ ਜਿਹੜੀ ਆ ਇਨਵੈਸਟੀਗੇਟਿੰਗ ਏਜੰਸੀ ਨਹੀਂ, ਸਾਨੂੰ ਆਪਣੇ ਵਰਕਰਸ ਦਾ ਪਤਾ ਹੈ, ਵੀ ਆਰ ਪੀਸਫੁਲ। ਡੇਢ ਮਹੀਨੇ ਬਾਅਦ, ਡੇਢ ਮਹੀਨੇ 'ਚ ਤੇ ਕਈ ਕੁਛ ਹੋ ਜਾਣਾ। 5 ਤਾਰੀਖ ਨੂੰ ਸਾਰੇ ਦੇਸ਼ ਵਿੱਚ ਚੱਕਾ ਜਾਮ ਹੋਣਾ 10 ਤੋਂ 4 ਵਜੇ ਤੱਕ। 5 ਨਵੰਬਰ ਸਾਰੇ ਦੇਸ਼ ਵਿੱਚ 10 ਤੋਂ 4 ਵਜੇ ਤੱਕ ਚੱਕਾ ਜਾਮ ਹੋਏਗਾ। ਇਹ ਹਰਿਆਣੇ 'ਚ ਕੁਰੂਕਸ਼ੇਤਰ ਮੀਟਿੰਗ ਹੋਈ ਸੀ ਕੁਝ ਜਥੇਬੰਦੀਆਂ ਦੀ, ਉੱਥੇ ਕੁਝ ਸਾਰੇ ਸੂਬਿਆਂ ਤੋਂ ਆਈਆਂ ਸੀ ਜਥੇਬੰਦੀਆਂ, ਉੱਥੇ ਫੈਸਲਾ ਲਿਆ ਗਿਆ। ਔਰ ਬਹੁਤ ਜਲਦੀ ਇਹਨੂੰ ਹੋਰ ਤੇਜ਼ ਕਰਨ ਵਾਸਤੇ ਅੰਦੋਲਨ ਨੂੰ ਅਸੀਂ ਇੱਥੇ ਜਾਂ ਦਿੱਲੀ ਇੱਕ ਜਗ੍ਹਾ, ਸਾਰੇ ਦੇਸ਼ ਦੀਆਂ ਜਿੰਨੀਆਂ ਵੀ ਟੋਟਲ ਕਿਸਾਨ ਜਥੇਬੰਦੀਆਂ, ਸਾਰੇ ਮਤਭੇਦ ਛੱਡ ਕੇ, ਅਸੀਂ ਜਿਵੇਂ ਪੰਜਾਬ 'ਚ ਇਕੱਠੇ ਹੋਏ, ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਸਾਰੇ ਦੇਸ਼ ਦਾ ਇੱਕ ਵੱਡਾ ਅੰਦੋਲਨ ਬਣਾਉਣ ਵੱਲ ਜਾ ਰਹੇ ਹਾਂ। ਉਹ ਮੈਂ ਪਹਿਲਾਂ ਦੱਸ ਚੁੱਕਿਆ, ਦਿਸ ਇਜ਼ ਨੋਟ ਮਾਈ ਫਾਲਟ। ਫੈਸਲਾ ਲਵਾਂਗੇ।
और उन्होंने बारे उन्होंने पूछ लो, साड़ा कोई विरोध नहीं उन्होंने नहीं 15 नूं फैसला लवांगे उस तो पहले मैं की कह सकदा। असी सारा सारे देश की जिहड़ी डिमांड है वो असी वो चक उठा रहे कल कल पंजाब की नहीं उठा रहे नहीं सदे साडा तालमेल है उन्होंने कोई है नहीं साढ़े इस गल से कोई साढ़े डिफरेंसिज नहीं है कि सानू पता है भी सरकार की कर रही है कल ये भी हो सकता सानू छड़ के उन्होंने सद लैन यदा मतलब यही नहीं है भी केस तो इधर उधर हो जाएंगे कोई जिन्होंने मर्जी सद लैन हम सारे तैयार ने मैं इसे का जवाब दे के हटिया हूँ सारे। हाँ जी प्रेस कॉन्फ्रेंस वास्ते नहीं है अधिकार उन्होंने सारा केस रखा उस तरह बहुत वेल डिसिप्लिनड होगी यह जिहड़ी मीटिंग है सत बंदे ही बोलणगे असीं कमेटी बना दित्ती मेरा जी बलबीर सिंह राजेवाल डॉक्टर दर्शनपाल सर जगजीत सिंह डल्लेवाल सर जगमोहन सिंह सर कुलवंत सिंह सर सुरजीत सिंह फूल सर सतनाम सिंह सानी फिर रिपीट कर दो बलबीर सिंह राजेवाल डॉक्टर दर्शनपाल सर जगजीत सिंह डल्लेवाल सर जगमोहन सिंह सर कुलवंत सिंह सर सुरजीत सिंह फूल सर सतनाम सिंह सानी ये सत मैंबरी कमेटी है। साड़ी तो हर एक नाल लैण की कोशिश है कई बार किसान असी माड़े मोटे तो भांडे खड़कते ही तो साड़ी परिवारक गल है ना पर साड़ा रौला कोई नहीं उन्होंने कोई डिफरेंस नहीं इको काज लई लड़ रहे हैं सारे इको काज लई लड़ रहे हैं सारे किसान मजदूर एकता।